देखो आम आदमी पार्टी ने बड़ा अच्छा सवाल तुसी पूछिया, तुहाडा धन्नवाद। आम आदमी पार्टी जिहड़ी हैगी आ उह पंजाब विच 7 अप्रैल तो बिजली का अंदोलन शुरू करन जा रहे हैं। जिहड़ी महंगी बिजली, क्योंकि पंजाब राज बिजली पैदा करदा गा, पंजाब राज बिजली पैदा करता और सब तो महंगी बिजली पंजाब चा, दिल्ली राज एक यूनिट भी पैदा नहीं करता, सब तो सस्ती बिजली दिल्ली दे विच आ। उही मॉडल पंजाब च लागू करांगे जो 2022 आम आदमी पार्टी सरकार पंजाब च बनी। और दूजी वड्डी गल आ कि कैप्टन साहब का वादा सी 2017 दे इलैक्शन दे विच, मैं सस्ती बिजली दूंगा, अध रेट ते बिजली दूंगा, पर लेकिन लगातार कैप्टन साहब ने 14 बार पंजाब विच बिजली दे रेट वधाए ने पंजाब विच। और जिहड़े एग्रीमेंट, जिहड़े महंगी बिजली दे एग्रीमेंट श्रोमणी अकाली दल बीजेपी दी सरकार करके गई सी, उन्हां नूं खत्म करन दा, तोड़न दा, रद्द करन दा वादा कैप्टन साहब ने अपने चोण मैनीफेस्टो च कीता सीगा, ना उह रद्द कीते, ना रिव्यू कीते, ना उन्होंने समीक्षा की, ना वाइट पेपर जारी होया, बल्कि 14 बार रेट वधाते। ये सारे वादे आम आदमी पार्टी पूरे करेगी। और 7 तरीक तो पूरे पंजाब दे विच असीं बिजली अंदोलन शुरू करन जा रहे हैं। 7 तरीक नूं पूरे पंजाब विच जिहड़ा बिजली दे जिहड़े बिल साड़े जाणगे, उस तो बाद पड़ावार जिहड़ा हैगा ये अंदोलन अगे वधूगा। और जदों 2022 दे विच पंजाब विच आम आदमी पार्टी सरकार बनेगी और सब तो सस्ती बिजली जिहड़ी आ उह पंजाब च देवांगे। देखो बस पास महिलावां नूं बिल्कुल जारी करते, पर लेकिन बसें ही है नहीं सड़कां ते, तुहानूं PRTC दे बसां टामा टल्ला, कोई घंटे बाद आ गई, कोई 2 घंटे बाद आ गई, उहदा पंजाब दी महिलावां नूं की फायदा होगा। मैक्सीमम 99% पिंडां दे विच, 99% पिंडां दे विच कोई भी सरकारी बस सहूलत है नहीं, सब प्राइवेट चलदियां नेगियां। सो इहदा फायदा मैं समझदा बिल्कुल पंजाब दी महिलावां नूं नहीं होण वाला। FCI ਦੇ ਨਵੇਂ ਨਵੇਂ ਫਰਮਾਨ ਆ ਰਹੇ, ਇੱਕ ਜਗ੍ਹਾ ਕੇਂਦਰ ਕਹਿੰਦੀ ਹੈ ਕਿ ਬੈਠ ਕੇ ਗੱਲਬਾਤ ਕਰਦੇ ਆ ਕਿਸਾਨਾਂ ਨਾਲ, ਦੂਜੀ ਜਗ੍ਹਾ ਇਹੋ ਜਿਹੇ ਫਰਮਾਨ ਆ ਰਹੇ ਨੇ ਜਿੱਥੇ ਜਿਹੜਾ ਕਿ ਪਰਸੈਂਟੇਜ ਜਿਹੜੇ ਨੇ ਉਹ ਕੱਟ ਦਿੱਤੇ ਜਾਂਦੇ ਨੇ, ਤੇ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅੱਜ ਕਿਸਾਨਾਂ ਵੱਲੋਂ ਵੀ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਤੇ ਨਾਲੇ ਦੇਖੋ ਜਿਹੜੀ ਕੇਂਦਰ ਦੀ ਸਰਕਾਰ ਆ, ਕੇਂਦਰ ਦੀ BJP ਸਰਕਾਰ ਆ, ਉਹ ਇਸ ਤਰ੍ਹਾਂ ਕਿਸਾਨ ਦੀ ਬਾਂਹ ਮਰੋੜਨ ਦਾ ਕੋਸ਼ਿਸ਼ ਕਰ ਰਹੀ ਆ ਕਿ ਕਿਸਾਨ ਦੀ ਬਾਂਹ ਮਰੋੜੀ ਜਾਵੇ ਔਰ ਕਿਸਾਨ ਨੂੰ ਜਿਹੜਾ ਹੈਗਾ ਕਿਹਾ ਜਾਵੇ ਕਿ ਇਹ ਅੰਦੋਲਨ ਵਾਪਸ ਲਓ। ਕਿਸਾਨ ਦੇ ਅੰਦੋਲਨ ਨੂੰ ਤੋੜਨ ਦੇ ਲਈ BJP ਕੋਈ ਨਾ ਕੋਈ ਜਿਹੜਾ ਹੈ ਹੀਲਾ ਵਰਤ ਰਹੀ ਹੈਗੀ। ਸੋ ਚਾਹੇ ਉਹ FCI ਦੀ ਗੱਲ ਹੋਵੇ, ਚਾਹੇ ਮੈਂ ਸਮਝਦਾ ਗਾ ਇੱਕ ਲੈਟਰ ਜਾਰੀ ਆਇਆ ਸੀ ਕਿ ਪੰਜਾਬ ਦੀਆਂ ਸਰਹੱਦਾਂ ਦੇ ਉੱਤੇ ਜਿਹੜਾ ਹੈਗਾ ਪੰਜਾਬ ਦੇ ਬਾਰਡਰ ਦੇ ਉੱਤੇ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਹਨਾਂ ਨੂੰ ਜਿੱਦਾਂ ਆਪਣਾ ਬੰਦੀ ਬਣਾਇਆ ਜਾਂਦਾ ਗਾ ਜਾਂ ਨਸ਼ੇ ਕਰਵਾਏ ਜਾ ਰਹੇ ਨੇ, ਇਹ ਸਾਰੇ ਕੁਛ ਤਾਂ ਜਾਰੀ ਕੇਂਦਰ ਸਰਕਾਰ ਕਰ ਰਿਹਾ, ਕਿਉਂਕਿ ਕੇਂਦਰ ਸਰਕਾਰ ਚਾਹੁੰਦਾ ਗਾ ਕਿ ਜਿਹੜਾ ਕਿਸਾਨ ਆ ਪੰਜਾਬ ਦਾ, ਕਿਉਂਕਿ ਪੰਜਾਬ ਦਾ ਕਿਸਾਨ ਇਸ ਜਿਹੜਾ ਕਿਸਾਨ ਮੂਵਮੈਂਟ ਆ, ਕਿਸਾਨ ਅੰਦੋਲਨ ਆ, ਉਹਦੀ ਅਗਵਾਈ ਕਰ ਰਿਹਾ, ਇਹਨੂੰ ਕਿਵੇਂ ਨਾ ਕਿਵੇਂ ਤੋੜਿਆ ਜਾਵੇ। ਕੈਪਟਨ ਸਰਕਾਰ ਦਾ ਸਟੈਂਡ ਕਿਹੋ ਜਿਹਾ ਦੇਖਦੇ ਹੋ FCI ਦੇ ਖਿਲਾਫ? ਦੇਖੋ ਕੈਪਟਨ ਸਰਕਾਰ ਸਿਰਫ ਚਿੱਠੀਆਂ ਲਿਖਣ ਤੱਕ ਸੀਮਤ ਰਹਿ ਗਈ, ਕੈਪਟਨ ਸਾਹਿਬ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ, ਚਿੱਠੀਆਂ ਲਿਖਦੇ ਨੇ, ਚਿੱਠੀਆਂ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕਰਦੇ। ਅੱਜ ਲੋੜ ਸੀ ਪੰਜਾਬ ਨਾਲ ਖੜਨ ਦੀ ਕੈਪਟਨ ਸਾਹਿਬ ਨੂੰ, ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ ਨੂੰ ਸੱਤਾ ਸੌਂਪੀ ਸੀ 2017 'ਚ, ਪਰ ਲੇਕਿਨ ਅੱਜ ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਪਿੱਠ ਦਿਖਾ ਕੇ ਆਪਦੇ ਮਹਿਲਾਂ ਤੱਕ ਸੀਮਤ ਹੋ ਕੇ ਰਹਿ ਗਏ। ਅੱਜ ਲੋੜ ਆ ਪੰਜਾਬ ਦੀ ਲੜਾਈ ਲੜਨ ਦੀ, ਮੈਂ ਸਮਝਦਾ ਅੱਜ ਉਹ ਦਮ ਜਿਹੜਾ ਹੈਗਾ ਖਤਮ ਹੋ ਚੁੱਕਿਆ ਕੈਪਟਨ ਸਾਹਿਬ, ਕੈਪਟਨ ਸਾਹਿਬ ਪੂਰੀ ਤਰ੍ਹਾਂ ਜਿਹੜਾ ਹੈਗਾ ਕੇਂਦਰ ਸਰਕਾਰ ਕੋਲ ਸਿਲੰਡਰ ਕਰ ਚੁੱਕੇ ਨੇ। ਸਰਕਾਰ ਕਹਿੰਦੀ ਹੈ ਰੋਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ ਕਿ ਇੰਨੇ ਰੋਜ਼ਗਾਰ ਦਿੱਤੇ, ਲੇਕਿਨ ETT ਟੈਕਟ ਪਾਸ ਅਧਿਆਪਕ ਆਪਣੀ ਮੰਗਾਂ ਲੈ ਕੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਤੇ ਕਾਫੀ 15-20 ਦਿਨ ਹੋ ਗਏ ਨੇ ਹੁਣ ਟਾਵਰ ਦੇ ਉੱਪਰ ਵੀ ਬੈਠੇ ਨੇ, ਲੇਕਿਨ ਸਰਕਾਰ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਕਹਿ ਸਕਦੇ ਹਾਂ ਕਿ ਨਰਮ ਦਿਲੀ ਨਹੀਂ ਦਿਖਾ ਰਹੀ। ਦੇਖੋ ਸਰਕਾਰ ਕਹਿ ਰਹੀ ਹੈ ਕਿ ਅਸੀਂ ਘਰ ਘਰ ਰੋਜ਼ਗਾਰ ਦਿੱਤਾ, ਅਸੀਂ 20 ਲੱਖ ਜੌਬ ਕਾਰਡ ਕੈਪਟਨ ਸਾਹਿਬ ਨੇ, ਪ੍ਰਸ਼ਾਂਤ ਕਿਸ਼ੋਰ ਨੇ, ਕਾਂਗਰਸ ਪਾਰਟੀ ਨੇ 20 ਲੱਖ ਜੌਬ ਕਾਰਡ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਨੌਜਵਾਨਾਂ ਦਾ ਭਰਿਆ ਸੀਗਾ। 60 ਲੱਖ ਪਰਿਵਾਰ ਆ, ਵਾਅਦਾ ਕੀਤਾ ਸੀ ਘਰ ਘਰ ਰੁਜ਼ਗਾਰ ਦੇਣ ਦਾ, ਘਰ ਘਰ ਨੌਕਰੀ ਦੇਣ ਦਾ, ਪਰ ਲੇਕਿਨ ਉਹ 'ਚ 20 ਲੱਖ ਕਾਰਡ ਭਰਿਆ ਸੀ। 20 ਲੱਖ ਦੇ ਵਿੱਚੋਂ ਕਹਿੰਦੇ ਅਸੀਂ 11 ਲੱਖ ਨੂੰ 12 ਲੱਖ ਨੂੰ ਨੌਕਰੀਆਂ ਦਿੱਤੀਆਂ। ਕੌਣ ਨੇ ਗਏ ਜਿਹਨਾਂ ਜਿਹੜਾ ਡਾਟਾ ਪਿੰਡਾਂ 'ਚ ਗਏ, ਸ਼ਹਿਰਾਂ 'ਚ ਗਏ, ਜਾ ਕੇ ਪਤਾ ਕਰ ਲਿਆ ਕਿ ਭੱਠੇ 'ਤੇ ਕਿੰਨੇ ਮਜ਼ਦੂਰ ਕੰਮ ਕਰਦੇ ਨੇਗੇ, ਇਸ ਫੈਕਟਰੀ 'ਚ ਕਿੰਨੇ ਬੰਦੇ ਕੰਮ ਕਰਦੇ ਨੇਗੇ, ਉਸ ਦੁਕਾਨ 'ਤੇ ਕਿੰਨੇ ਬੰਦੇ ਕੰਮ ਕਰਦੇ, ਸਾਰਾ ਡਾਟਾ ਲੈ ਕੇ ਆਪਦੇ ਪੋਰਟਲ 'ਤੇ ਚੜਾ ਤਾ ਕਿ ਅਸੀਂ ਜਿਹੜਾ ਹੈਗਾ ਨੌਕਰੀਆਂ ਦੇ ਦਿੱਤੀਆਂ। ਪਰ ਲੇਕਿਨ ਅੱਜ ਪੰਜਾਬ ਦੇ ਨੌਜਵਾਨ ਵਿਜੇਂਦਰ ਸਿੰਗਲਾ ਦੇ ਘਰ ਅੱਗੇ ਬੈਠੇ ਨੇਗੇ, ਕੈਪਟਨ ਸਾਹਿਬ ਦੇ ਘਰ ਅੱਗੇ ਬੈਠੇ ਨੇਗੇ, ਟਾਵਰਾਂ 'ਤੇ ਚੜੇ ਬੈਠੇ ਨੇਗੇ, ਉਹ ਕੀ ਮੰਗ ਰਹੇ ਨੇਗੇ? ਉਹ ਰੁਜ਼ਗਾਰ ਮੰਗ ਰਹੇ ਨੇਗੇ। ਸੋ ਕੈਪਟਨ ਸਾਹਿਬ ਦੀ ਪਤਾ ਲੱਗਦਾ ਕਿ ਕੈਪਟਨ ਸਾਹਿਬ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਹ ਜਿਹੜਾ ਪ੍ਰੋਟੈਸਟ ਆ ਸਾਡੇ ਨੌਜਵਾਨਾਂ ਦਾ, ਚਾਹੇ ETT ਪਾਸ ਨੇ, ਚਾਹੇ ਨੈੱਟ ਪਾਸ ਨੇ, ਚਾਹੇ ਟੈਟ ਪਾਸ ਨੇ, ਚਾਹੇ ਟਾਵਰਾਂ 'ਤੇ ਚੜੇ ਹੋਏ ਨੇਗੇ, ਇਸ ਗੱਲ ਦਾ ਪ੍ਰਗਟਾਵਾ ਕਿ ਕੈਪਟਨ ਸਾਹਿਬ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਕੈਪਟਨ ਸਾਹਿਬ ਫੇਲ ਹੋਏ ਨੇਗੇ। 2022 ਦੇ ਇਲੈਕਸ਼ਨ ਲੈ ਕੇ ਅਕਾਲੀ ਦਲ ਆਪਣੇ ਕੈਂਡੀਡੇਟ ਜਿਹੜੇ ਕਿ ਅਨਾਊਂਸ ਕੀਤੀ ਜਾ ਰਹੀ ਹੈ, ਲੇਕਿਨ ਹਲੇ ਤੱਕ ਆਮ ਆਦਮੀ ਪਾਰਟੀ ਨੇ ਕੁਝ ਵੀ ਕੋਈ ਅਨਾਊਂਸ ਨਹੀਂ ਹੋਈ। ਦੇਖੋ ਹਜੇ ਨਾ ਇਲੈਕਸ਼ਨ ਅਨਾਊਂਸ ਹੋਈ ਆ, ਨਾ ਇਲੈਕਸ਼ਨ ਦਾ ਸਮਾਂ ਆਇਆ ਗਾ। ਅਕਾਲੀ ਦਲ ਨੂੰ ਡਰ ਸਤਾ ਰਿਹਾ ਕਿ ਉਹਦੇ ਵਰਕਰ ਨਾ ਭੱਜ ਜਾਣ, ਉਹਨਾਂ ਦੇ ਲੀਡਰ ਨਾ ਭੱਜ ਜਾਣ, ਆਪਣੇ ਲੀਡਰਾਂ ਨੂੰ ਰੱਖਣ ਦੇ ਲਈ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੇ ਅਨਾਊਂਸ ਕਰ ਰਹੀ ਆ। ਹਜੇ ਕੋਈ ਸਮਾਂ ਨਹੀਂ ਹੈਗਾ, ਹਜੇ ਸਮਾਂ ਬਹੁਤ ਦੇਰ ਪਿਆ ਗਾ। ਆਮ ਆਦਮੀ ਪਾਰਟੀ CM ਚਿਹਰਾ ਅਨਾਊਂਸ ਕਰੂਗੀ ਜੀ? ਬਿਲਕੁਲ ਬਿਲਕੁਲ, ਆਮ ਆਦਮੀ ਪਾਰਟੀ ਜਦੋਂ ਇਲੈਕਸ਼ਨ ਅਨਾਊਂਸ ਹੋਊਗੀ ਉਸ ਤੋਂ ਪਹਿਲਾਂ CM ਦਾ ਚਿਹਰਾ ਵੀ ਅਨਾਊਂਸ ਕਰਾਂਗੇ। ਕੋਈ ਵੱਡਾ ਚਿਹਰਾ ਦੇਖ ਸਕਦੇ ਹਾਂ ਜੀ? ਬਿਲਕੁਲ, ਆਮ ਆਦਮੀ ਪਾਰਟੀ ਹੋਊਗਾ, ਆਮ ਘਰਾਂ ਦਾ ਮੁੰਡਾ ਹੋਊਗਾ। ਕੋਈ ਤਾਂ ਨਵਜੋਤ ਸਿੰਘ ਸਿੱਧੂ ਦੱਸ ਸਕਦੇ ਨੇ ਕਿ ਉਹਨਾਂ ਨੇ ਸ਼ਾਮਿਲ ਹੋਣਾ ਜਾਂ ਨਹੀਂ ਹੋਣਾ, ਇਹ ਉਹਨਾਂ ਦਾ ਹੈਗਾ। ਪਰ ਆਮ ਆਦਮੀ ਪਾਰਟੀ ਹਰ ਉਸ ਪੰਜਾਬੀ ਨੂੰ ਜਿਹੜਾ ਪੰਜਾਬ ਨਾਲ ਖੜਨਾ ਚਾਹੁੰਦਾ, ਪੰਜਾਬ ਦੀ ਮਿੱਟੀ ਨੂੰ ਪਿਆਰ ਕਰਦਾ ਗਾ, ਪੰਜਾਬੀਆਂ ਨੂੰ ਪਿਆਰ ਕਰਦਾ ਗਾ, ਕਰਪਸ਼ਨ ਦਾ ਖਾਤਮਾ ਚਾਹੁੰਦਾ ਗਾ,
ਜਿਹੜਾ ਮਾੜਾ ਰਾਜ ਹੈ ਦਾ ਖਾਤਮਾ ਚਾਹੁੰਦਾ ਹੈਗਾ ਉਹ ਸਾਰਿਆਂ ਨੂੰ ਸਾਡਾ ਜਿਹੜਾ ਹੈਗਾ ਵੈਲਕਮ। ਠੀਕ, ਨਵਜੋਤ ਸਿੰਘ ਸਿੱਧੂ ਵੱਲੋਂ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ, ਲੋਕਾਂ ਨੂੰ ਇੱਕ ਉਮੀਦ ਸੀ ਕਿ ਕੋਈ ਵੱਡਾ ਐਲਾਨ ਹੋ ਸਕਦਾ ਜਾਂ ਕਿਸੇ ਕਿਸਮ ਦਾ ਕੋਈ ਚੇਂਜ ਹੋ ਸਕਦਾ, ਲੇਕਿਨ ਨਵਜੋਤ ਸਿੰਘ ਸਿੱਧੂ ਨੇ 8 ਮਹੀਨੇ ਬਾਅਦ 'ਚ ਜਿਹੜਾ ਕਿਸਾਨੀ ਮੁੱਦੇ ਦੇ ਉੱਪਰ ਗੱਲ ਕੀਤੀ ਹੈ। ਤੁਸੀਂ ਇਹ ਗੱਲ ਨਵਜੋਤ ਸਿੰਘ ਸਿੱਧੂ ਨੂੰ ਪੁੱਛਣੀ ਸੀਗੀ ਵੀ ਤੁਸੀਂ 8 ਮਹੀਨੇ ਕਿੱਥੇ ਰਹੇ, ਤੁਸੀਂ ਪੰਜਾਬ ਦੇ ਕਿਸਾਨ ਲਈ ਖੜ੍ਹੇ ਹੋ ਜਾਂ ਨਹੀਂ ਖੜ੍ਹੇ, ਇਹ ਗੱਲਾਂ ਜਵਾਬ ਤਾਂ ਨਵਜੋਤ ਸਿੰਘ ਸਿੱਧੂ ਦੇ ਸਕਦੇ ਨੇਗੇ।